ਤੁਹਾਡੇ ਨਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵੱਸਦੇ ਸ਼ਾਇਰ ਅਮਨਦੀਪ ਸਿੰਘ ਅਮਨ ਦੀਆਂ ਦੋ ਰਚਨਾਵਾਂ ਸਾਂਝੀਆਂ ਕਰਨ ਲੱਗਿਆਂ। ਉਮੀਦ ਹੈ ਕਿ ਤੁਸੀਂ ਪਸੰਦ ਜ਼ਰੂਰ ਕਰੋਗੇ। ਇਹ ਰਚਨਾਵਾਂ ਉਹਨਾਂ ਦੇ ਨਵੇਂ ਗਜ਼ਲ ਸੰਗ੍ਰਹਿ ਕੁਦਰਤ ਵਿੱਚੋਂ ਲੈ ਗਏ। ਇਸ਼ਕੇ ਦੇ ਪੀਰ ਉੱਤੇ ਕਰਕੇ ਯਕੀਨ ਦੇਖੀ, ਕਦਮੀ ਆਕਾਸ਼ ਦਿਸਣਾ ਸਿਰ 'ਤੇ ਜ਼ਮੀਨ ਦੇਖੀ। ਜ਼ਿੰਦਗੀ ਨੇ ਰੂਪ ਭਾਵੇਂ ਕੋਝਾ ਵਟਾ ਲਿਆ ਹੈ, ਇਹ ਪਰ ਤੂੰ ਖਾਬ ਸਾਰੇ ਆਪਣੇ ਹਸੀਨ ਦੇਖੀ। ਇਸ਼ਕੇ ਤੂੰ ਵਿਰਵਿਆਂ ਦਾ ਜੀਣਾ ਵੀ ਕੀ ਹੈ ਜੀਣਾ, ਅਕਲਾਂ ਖੁਆਰ ਕੀਤੇ ਬਣ ਗਏ ਮਸ਼ੀਨ ਦੇਖੀ। ਤੇਰੀ ਦੁਆ ਦੇ ਸਾਹਮੇ ਆਪੇ ਖੁਦਾ ਨੇ ਝੁਕਣਾ, ਮੇਰੇ ਹੀ ਵਾਂਗ ਤੂੰ ਵੀ ਕਹਿ ਕੇ ਆਮੀਨ ਦੇਖੀ। ਉਸਦੇ ਜਿਹਾ ਨਾ ਕੋਈ ਲੱਗੇਗਾ ਹੋਰ ਤੈਨੂੰ, ਕੁਦਰਤ ਸਵੇਰ ਵੇਲੇ ਸੁੱਤੀ ਸ਼ੌਕੀਨ ਦੇਖੀ। ਅੰਦਰ ਦੀ ਖੋਜ ਛੱਡ ਕੇ ਬਾਹਰ ਨੂੰ ਉਹਲਦਾ ਏ, ਆਪਣੇ ਹੀ ਆਪ ਅੰਦਰ ਹੋ ਕੇ ਵਿਲੀਨ ਦੇਖੀ। ਤੇਰੀ ਅਦਾ ਨੂੰ ਸਜਦਾ ਆਪੇ ਹੀ ਹੋ ਗਿਆ ਏ, ਤੇਰੇ ਹਜ਼ੂਰ ਆ ਕੇ ਮੰਨਾਂਗੇ ਈਨ ਦੇਖੀ। ਜੋਗੀ ਦੀ ਅੱਖ ਅੰਦਰ ਸੁੱਚਮ ਦਾ ਨੂਰ ਚਮਕੇ, ਗਾਉਂਦਾ ਗਲੀ 'ਚੋਂ ਜਾਂਦਾ ਕੁਝ ਨਾਮ ਲੀਨ ਦੇਖੀ। ਨਾਗਨ ਦੇ ਵਾਂਗ ਮੇਰਾ ਆਪਾ ਗੁਆਚ ਜਾਂਦਾ, ਨਾਗਨ ਦੇ ਵਾਂਗ ਮੇਰਾ ਆਪਾ ਗੁਆਚ ਜਾਂਦਾ, ਮਾਹੀ ਜਦੋਂ ਵੀ ਕਹਿੰਦਾ ਵੱਜਦੀ ਤੂੰ ਬੀਨ ਦੇਖੀ। ਇਹ ਇਸ਼ਕ ਰੰਗ ਜ਼ਾਤਾਂ ਧਰਮਾਂ ਤੋਂ ਵੀ ਉਤਾਂਹ ਹੈ, ਆਸ਼ਿਕ ਨੂੰ ਕਹਿ ਨਾ ਬੈਠੀ ਐਵੇਂ ਕਿ ਦੀਨ ਦੇਖੀ। ਇਸ਼ਕੇ ਦੇ ਪੀਰ ਉੱਤੇ ਕਰਕੇ ਯਕੀਨ ਦੇਖੀ, ਕਦਮੀ ਆਕਾਸ਼ ਦਿਸਣਾ ਸਿਰ 'ਤੇ ਜ਼ਮੀਨ ਦੇਖੀ। ਉਹਨਾਂ ਦੀ ਦੂਜੀ ਰਚਨਾ ਸਾਂਝੀ ਕਰਨ ਲੱਗਿਆਂ, ਅੱਗ ਦੇ ਵਰਗੀ ਰੁੱਤ ਦੇ ਅੰਦਰ ਪਾਣੀ ਵਰਗੀ ਗੱਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਅੱਗ ਦੇ ਵਰਗੀ ਰੁੱਤ ਦੇ ਅੰਦਰ ਪਾਣੀ ਵਰਗੀ ਗੱਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਇੱਕ ਪਾਸੇ ਹਰਿਮੰਦਰ ਹੈ ਅਤੇ ਦੂਜੇ ਪਾਸੇ ਨਨਕਾਣਾ, ਹਾੜਾ ਇਹ ਬੰਦੂਕਾਂ ਦੇ ਮੂੰਹ ਨਾ ਇਹਨਾਂ ਦੇ ਵੱਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਇੱਕ ਦੂਜੇ ਵੱਲ ਦੇਖੋ ਤਾਂ ਫਿਰ ਅੱਖ ਝਮਕੀ ਜਾਵੇ ਨਾ, ਅਕਲਾਂ ਵਾਲੇ ਲੋਕੋ ਕੋਈ ਆਸ਼ਕ ਵਰਗਾ ਝੱਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਮਾਰ ਮਰਾਈ ਕਰਕੇ ਵੀ ਤਾਂ ਬਹਿ ਕੇ ਹੀ ਗੱਲ ਕਰਨੀ ਏ, ਫੇਰ ਕਿਉਂ ਨਾ ਹੁਣ ਹੀ ਬਹਿ ਕੇ ਹਰ ਮਸਲੇ ਦਾ ਹੱਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਹਰ ਇੱਕ ਚੜ੍ਹਦੀ ਹੋਈ ਚੀਜ਼ ਨੇ ਆਖਰ ਲੈਣਾ ਹੁੰਦਾ ਹੈ, ਹਰ ਇੱਕ ਚੜ੍ਹਦੀ ਹੋਈ ਚੀਜ਼ ਨੇ ਆਖਰ ਲੈਣਾ ਹੁੰਦਾ ਹੈ, ਪੈਰ ਉਠਾ ਕੇ ਧਰਤੀ ਉੱਤੋਂ ਐਵੇਂ ਨਾ ਤੜਥਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਮੂੰਹ 'ਚੋਂ ਕੱਢੀਆਂ ਗੱਲਾਂ ਮੁੜ ਕੇ ਮੂੰਹ ਦੇ ਅੰਦਰ ਜਾ ਵੜਨਾ, ਮੂੰਹ 'ਚੋਂ ਕੱਢੀਆਂ ਗੱਲਾਂ ਮੁੜ ਕੇ ਮੂੰਹ ਦੇ ਅੰਦਰ ਜਾ ਵੜਨਾ, ਕੌੜੇ ਬੋਲਾਂ ਨਾਲ ਕਿਸੇ ਦੇ ਸੀਨੇ ਵਿੱਚ ਨਾ ਛੱਲ ਕਰੋ, ਅੱਗ ਦੇ ਵਰਗੀ ਰੁੱਤ ਦੇ ਅੰਦਰ ਪਾਣੀ ਵਰਗੀ ਗੱਲ ਕਰੋ, ਅੱਗ ਬੁਝਾਵੇ ਨਫ਼ਰਤ ਦੀ ਜੋ ਪੈਦਾ ਇਸ਼ਕ ਦੀ ਛੱਲ ਕਰੋ। ਸੋ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗਲਾਸਗੋ ਦੇ ਬਹੁਤ ਹੀ ਬੀਬੇ ਸੁਭਾਅ ਦੇ ਸ਼ਾਇਰ ਅਮਨਦੀਪ ਸਿੰਘ ਅਮਨ ਦੀਆਂ ਦੋ ਗਜ਼ਲਾਂ ਸਾਂਝੀਆਂ ਕਰਨ ਦਾ ਮਾਣ ਪ੍ਰਾਪਤ ਕਰ ਰਹੇ ਹਾਂ। ਉਮੀਦ ਕਰਦਾ ਕਿ ਤੁਸੀਂ